ਫਾਰਮ ਹਾਊਸ ਟਾਈਪ ਬਣਾਇਆ ਹੋਇਆ ਅਤੇ ਖੇਤਾਂ ਦੇ ਵਿੱਚ ਸਾਰੀ ਅਕੋਮੋਡੇਸ਼ਨ ਵਗੈਰਾ ਰਹਿਣ ਸਹਿਣ ਦਾ ਪ੍ਰਬੰਧ ਇੱਥੇ ਹੀ ਆ ਸਾਰੇ ਵਰਕਰਾਂ ਦਾ। ਅਸੀਂ ਕਿੱਥੇ ਆਏ ਹਾਂ? ਕਿੱਥੇ ਆਏ ਆਪਾਂ? ਆਪਾਂ ਖੇਤ 'ਚ ਆਏ ਹਾਂ। ਮੈਨੂੰ ਨਾਮ ਨਹੀਂ ਪਤਾ, ਬਹੁਤ ਸਾਲ ਪੁਰਾਣਾ ਹੈ, ਪਤਾ ਨਹੀਂ ਕਿੰਨੇ ਕੁ ਟਾਈਮ ਦਾ ਇੱਥੇ ਖੜ੍ਹਾ ਹੋਣਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਜੀ ਤੁਹਾਨੂੰ ਅੱਜ ਦੇ ਨਵੇਂ ਬਲੌਗ ਦੇ ਵਿੱਚ। ਅਤੇ ਅੱਜ ਆਪਾਂ ਆਏ ਹਾਂ ਇੱਥੇ ਲੋਕਲ ਘਰ ਦੇ ਨੇੜੇ। ਅਲੱਗ ਜਿਹਾ ਐਕਸਪੀਰੀਅੰਸ ਇੱਕ ਫਰੂਟ ਅਤੇ ਵੈੱਜ ਪਿਕਿੰਗ ਦਾ, ਇਹ ਆਪਾਂ ਆਪ ਹੀ ਪਿੱਕ ਕਰਨੀਆਂ ਨੇ ਅਤੇ ਇੱਥੇ ਪੇ ਕਰਕੇ ਅਤੇ ਲਿਜਾ ਸਕਦੇ ਹਾਂ। ਇਹ ਆਸਟ੍ਰੇਲੀਆ ਵਿੱਚ ਵੀ ਹੈਗਾ ਵੈਸੇ ਸਿਸਟਮ, ਪਰ ਕਦੇ ਐਕਸਪੀਰੀਅੰਸ ਨਹੀਂ ਕੀਤਾ, ਸੋਚਿਆ ਅੱਜ ਇੱਥੇ ਐਕਸਪੀਰੀਅੰਸ ਕਰ ਲਿਆ ਜਾਵੇ। ਅਤੇ ਨਾਲੇ ਤੁਹਾਨੂੰ ਦਿਖਾਵਾਂਗੇ ਕੀ ਹਿਸਾਬ ਕਿਤਾਬ ਹੈ ਇੱਥੇ, ਮਤਲਬ ਸਾਗ ਵਗੈਰਾ ਸਾਰਾ ਕੁਝ ਮਿਲ ਜਾਂਦਾ, ਸਾਗ, ਮੂਲੀ, ਬੈਂਗਣ ਅਤੇ ਮਿਰਚਾਂ, ਇਹ ਸਾਰੀਆਂ ਆਪਣੇ ਇੱਕ ਪੰਜਾਬੀ ਬਾਈ ਦਾ ਫਾਰਮ ਹੈ ਅਤੇ ਉੱਥੇ ਆਏ ਹੋਏ ਸੀਗੇ, ਘਰ ਦੇ ਲੱਗ ਗਈ ਸੀਗਾ 10 ਮਿੰਟ ਦੀ ਡਰਾਈਵ 'ਤੇ। ਅਤੇ ਉੱਥੋਂ ਹੁਣ ਆਪਾਂ ਪਿਕਿੰਗ ਕਰਨੀ ਆ ਅਤੇ ਇਹਨਾਂ ਨੂੰ ਪੇ ਕਰਕੇ ਅਤੇ ਫਿਰ ਆਪਾਂ ਚੱਲਣਾ ਅੱਗੇ। ਅਤੇ ਦਿਖਾਉਂਦੇ ਤੁਹਾਨੂੰ ਕੀ ਹਿਸਾਬ ਕਿਤਾਬ ਹੈ। ਉਹ ਅੱਗੇ ਹੈਗਾ ਮੇਨ ਰੋਡ, ਉਹ ਫਰੰਟ 'ਤੇ, ਔਰ ਫਰੰਟ 'ਤੇ ਮੇਨ ਰੋਡ ਜਾਂਦਾ ਅਤੇ ਉੱਥੋਂ ਬਸ ਅੰਦਰ ਨੂੰ ਥੋੜ੍ਹਾ ਕੱਚਾ ਜਿਹਾ ਰਸਤਾ ਜਿਵੇਂ ਆਪਣਾ ਹੁੰਦਾ ਹੀ ਆ ਖੇਤਾਂ ਦਾ ਹਿਸਾਬ ਕਿਤਾਬ। ਅਤੇ ਆਹ ਆ ਗਏ ਸ਼ੈੱਡ ਇੱਥੇ, ਆ ਜਿਹੜੀਆਂ ਸਬਜ਼ੀਆਂ ਨੂੰ ਸਪੈਸੀਫਿਕ ਟੈਂਪਰੇਚਰ ਚਾਹੀਦਾ ਹੁੰਦਾ, ਵੀ ਇੰਨਾ ਟੈਂਪਰੇਚਰ ਹੀ ਮੇਨਟੇਨ ਕਰਕੇ ਰੱਖਣਾ, ਜਿਵੇਂ ਜ਼ਿਆਦਾਤਰ ਹੁੰਦਾ ਸ਼ਿਮਲਾ ਮਿਰਚ, ਟਮਾਟਰ, ਇਹਨਾਂ ਨੂੰ ਜ਼ਿਆਦਾ ਕਰਦੇ ਆ ਕਿਉਂਕਿ ਧੁੱਪ ਬਹੁਤ ਤੇਜ਼ ਹੁੰਦੀ ਆ ਨਾ ਇੱਥੇ ਯੂਵੀ ਰੇਸ ਕਰਕੇ। ਅਤੇ ਇੱਧਰ ਹੈਗੀਆਂ ਸਬਜ਼ੀਆਂ, ਬਾਈ ਨੇ ਦੱਸਿਆ ਸੀਗਾ ਵੀ ਇੱਥੇ ਸਾਗ ਵਗੈਰਾ ਮਿਲ ਜਾਣਾ, ਅੱਗੇ ਜਾ ਕੇ ਤੁਹਾਨੂੰ ਬੈਂਗਣ ਵਗੈਰਾ ਵੀ ਮਿਲ ਜਾਣੇ ਆ ਅਤੇ ਦੂਜੇ ਪਾਸੇ ਮਿਰਚਾਂ ਨੇ। ਅਤੇ ਪੈਕਿੰਗ ਕਰਦੇ ਹਾਂ ਅਤੇ ਤੁਹਾਨੂੰ ਦਿਖਾਉਂਦੇ ਹਾਂ ਫਿਰ। ਇੱਧਰ ਨੂੰ ਆ ਰਹੇ ਹਾਂ ਆਪਾਂ ਅਤੇ ਪਹਿਲਾਂ ਮਿਰਚਾਂ ਤੋੜਨੀਆਂ। ਹਾਂ ਹਾਂ ਫੜੋ, ਇੱਕ ਮਿੰਟ ਇੱਕ ਮਿੰਟ ਇੱਕ ਮਿੰਟ, ਇਹ ਨਹੀਂ ਕੋਈ ਗੱਲ ਨੀ, ਨਾਮ ਫੇਰ ਕੀ ਹੋ ਗਿਆ? ਆਪਾਂ ਖੇਤ ਚ ਆਇਆ, ਕੀ ਕਰਨ ਆਇਆ ਇੱਥੇ ਹੁਣ? ਇੱਥੇ ਅਸੀਂ ਸਾਗ ਵੀ ਚਾਹੀਦਾ ਆਪਾਂ ਨੂੰ। ਹਾਂਜੀ ਠੀਕ ਆ, ਉਹ ਵੇਖੋ ਇੰਨੀ ਦੂਰ ਉਧਰਲੇ ਪਾਸੇ ਆਪਣੇ ਹੋਰ ਪੰਜਾਬੀ ਫੈਮਿਲੀ ਆਈਆਂ ਹੋਈਆਂ ਨੇ ਸਬਜ਼ੀਆਂ ਲੈਣ ਵਾਸਤੇ। ਇਹ ਮਤਲਬ ਅਲੱਗ ਜਿਹਾ ਐਕਸਪੀਰੀਅੰਸ ਹੈ ਇਹ। ਅਲੱਗ ਜਿਹਾ ਐਕਸਪੀਰੀਅੰਸ ਹੈ ਇਹ ਅਤੇ ਸੋਚਿਆ ਵੀ ਚਲੋ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇ।
ਸ਼ਲਗਮ ਇਹ ਬੜੇ ਸਵਾਦ ਲੱਗਦੇ ਨੇ ਖਾਣ ਚ ਹੋ ਚੇਂਦੇ ਯਸ ਆਪਾਂ ਲੈ ਲੈਣੇ ਆ ਇਹਦੀ ਸਬਜ਼ੀ ਵੀ ਸਵਾਦ ਬਣਦੀ ਆ ਹਾਂ ਜਿਆਦਾ ਛੋਟਾ ਤੋੜ ਲੈ ਨਾ ਮੰਕੀ ਓਕੇ ਥੋੜਾ ਜਿਹਾ ਮਿੱਡ ਜੀ ਅਸਾ ਤਾਂ ਚੱਕੂ ਖਾ ਮੇਰੇ ਹੱਥ ਇੱਧਰ ਆ ਗਏ ਟਮਾਟਰ ਜੀ ਇਹ ਇੱਥੇ ਨਾ ਬਾਹਲੀ ਠੰਡ ਪੈ ਗਈ ਤਾਂ ਕਰਕੇ ਥੋੜ੍ਹਾ ਜ਼ਿਆਦਾ ਖਰਾਬ ਹੋ ਗਏ ਹਾਂਜੀ ਆਹ ਦੇਖੋ ਟਮਾਟਰ ਖਰਾਬ ਹੋ ਗਏ ਬੈਂਗਣ ਵੀ ਖਰਾਬ ਹੋ ਗਏ ਸਟ੍ਰਾਬੇਰੀ ਦਾ ਸੀਜ਼ਨ ਹੈ ਨਹੀਂ ਹਾਂਜੀ ਸਟ੍ਰਾਬੇਰੀ ਦਾ ਸੀਜ਼ਨ ਹੈ ਨਹੀਂਗਾ ਅਸੀਂ ਜਾਣਾ ਸੀ ਬਟ ਸਟ੍ਰਾਬੇਰੀ ਦਾ ਸੀਜ਼ਨ ਹੈ ਨਹੀਂ ਹੁਣ ਆ ਕੀ ਆ ਗਏ ਆ ਕੀ ਦੱਸੋ ਕੀ ਨੇ ਅਸਰਤ ਇਹ ਮਿਰਚਾਂ ਆ ਭਿੰਡੀ ਆ ਇਹ ਭਿੰਡੀ ਵਰਗੀ ਨਹੀਂ ਬੈਂਗਣ ਹੈ ਨਹੀਂ ਬੈਂਗਣ ਤਾਂ ਨਹੀਂ ਹੈਗੇ ਸ਼ਿਮਲਾ ਮਿਰਚ ਹਾਂ ਸ਼ਿਮਲਾ ਮਿਰਚ ਉਹਦੇ ਨਾਲ ਖਰਾਬ ਹੋ ਗਈ ਮੇਰੇ ਮੌਸਮ ਨਾਲ ਨਾ ਠੰਡ ਜ਼ਿਆਦਾ ਪੈ ਗਈ ਨਹੀਂ ਥੋੜੇ ਤਾਂ ਠੀਕ ਹੋ ਗਏ ਹਾਂ ਸ਼ਿਮਲਾ ਮਿਰਚ ਹੈ ਜੀ ਥੋੜੇ ਚੁੱਕ ਲਓ ਨਹੀਂ ਇਹ ਖਰਾਬ ਹੋ ਗਏ ਇਹ ਆਪਣੇ ਕੰਮ ਦੇ ਨਹੀਂ ਰਹੇ ਹੁਣ ਸਾਰੇ ਖਰਾਬ ਹੋ ਗਏ ਇੱਥੇ ਕਿਉਂ ਆਉਣਾ ਸੀ ਆ ਵੱਡੀ ਮਿਰਚ ਆ ਗਈ ਨਾ ਹਾਂ ਵੱਡੀਆਂ ਮਿਰਚਾਂ ਚਾਰੀ ਮਿਰਚਾਂ ਜਿਵੇਂ ਇੱਥੇ ਕਹਿ ਦਿੰਦੇ ਆ ਜਾਂ ਫਿਰ ਕਈ ਵਾਰ ਸਬਜ਼ੀ ਵੀ ਬਣਾ ਲੈਂਦੇ ਇਹਨਾਂ ਦੀ ਆਹ ਦੇਖੋ ਸਾਈਜ਼ ਦੇਖੋ ਕਿੰਨਾ ਕਿੰਨਾ ਵੱਡਾ ਆ ਜਿਵੇਂ ਇਹਨਾਂ ਨੇ ਨਾ ਇੱਧਰ ਫਾਰਮ ਹਾਊਸ ਟਾਈਪ ਬਣਾਇਆ ਹੋਇਆ ਅਤੇ ਖੇਤਾਂ ਦੇ ਵਿੱਚ ਸਾਰੀ ਅਕੋਮੋਡੇਸ਼ਨ ਵਗੈਰਾ ਰਹਿਣ ਸਹਿਣ ਦਾ ਪ੍ਰਬੰਧ ਇੱਥੇ ਹੀ ਆ ਸਾਰੇ ਵਰਕਰਾਂ ਦਾ ਅਤੇ ਆਹ ਦੇਖੋ ਹਲ ਹੁਲ ਖੜ੍ਹੇ ਆ ਇੱਥੇ ਪੁਰਾਣੇ ਟਰੈਕਟਰ ਦਿਖਾਉਂਦੇ ਹਾਂ ਤੁਹਾਨੂੰ ਇੱਥੇ ਦਾ ਬੜਾ ਪੁਰਾਣਾ ਹੈ 911 ਵਰਗਾ ਲੱਗ ਰਿਹਾ ਹਾਂ 911 ਹੀ ਆ ਵੈਸੇ ਪਤਾ ਜਾਂ HMT ਲੱਗਦਾ ਆਹ ਵੇਖੋ ਤੁਸੀਂ ਟਰੈਕਟਰ ਬਹੁਤ ਸਾਲ ਪੁਰਾਣਾ ਹੈ ਪਤਾ ਨਹੀਂ ਕਿੰਨੇ ਕੁ ਟਾਈਮ ਦਾ ਇੱਥੇ ਖੜ੍ਹਾ ਹੋਣਾ ਆਪਣੇ ਤਾਂ ਹੁਣ ਤੱਕ ਜਰ ਨਾਲ ਗਲ ਜਾਣਾ ਸੀ ਪਰ ਇਹ ਜਰ ਇਹਨੂੰ ਲੱਗਦਾ ਵੀ ਭੋਰਾ ਵੀ ਨਹੀਂ ਮਤਲਬ ਇੰਡੀਆ ਦੇ ਕੰਪੈਰੀਟਿਵ ਜੇ ਆਪਾਂ ਦੇਖਿਆ ਜਾਵੇ ਤਾਂ ਬਹੁਤ ਘੱਟ ਲੱਗੀ ਹੋਈ ਹੈ ਨਾ ਉੱਧਰ ਹੋਰ ਦੂਜੇ ਖੜ੍ਹੇ ਨੇ ਕੈਬਿਨ ਵਾਲੇ ਸਾਰਾ ਸੰਦ ਸੱਪਾ ਇਹਨਾਂ ਨੇ ਇੱਥੇ ਫਾਰਮ ਹਾਊਸ 'ਤੇ ਰੱਖਿਆ ਹੋਇਆ ਹੈ ਬਿਲਿੰਗ ਕਰਤੀ ਜੀ ਆਪਾਂ ਕਿਲੋ ਕੁ ਸ਼ਗਮ ਲਏ ਸੀ 2 ਕਿਲੋ ਸ਼ਗਮ ਲਿਆ ਅਤੇ ਬਾਕੀ ਧਨੀਆ ਲਿਆ ਸੀਗਾ ਚੱਲਦੇ ਹਾਂ ਹੁਣ ਅੱਗੇ